वाहेगुरु जी का खालसा, श्री वाहेगुरु जी की फतेह। सब तो पहला सलूट साडे बजुर्गों, साडियां मातावां, भैणां, बच्चों और यूथ नू जिन्होंने इस मोर्चे नू दुनिया का सब तो कामयाब और सब तो वड्डा मोर्चा बना के रख दिता है और बहुत जल्दी असीं इत्थों जित के जावांगे। मैं बहुत ही स्पीच नहीं करनी क्योंकि मेरा काम गाउण दा है, सोई असी गीतां दे जरिए जिहड़ा जोश भरदे हां, क्योंकि छेवें पातशाह जी दे वेले ढाडी सिंह जोश भरदे हुंदे सी वारां गा के, और दसवें पातशाह जी दे वेले साडे कवि श्री जथे जिहड़े ओह वारां गाउंदे हुंदे सी। सो मैं कोशिश करदा गीत दे जरिए इक तुहाडी नज़र करां। हो साडे नाल पंगा लैणा, महंगे मुल तैनू पैणा, साडे नाल पंगा लैणा, महंगे मुल तैनू पैणा। हो अणखी सरदार सूरमे, पता नहीं जनाब नू आकड़ तेरी भन के दिलिए, हो मुड़ांगे पंजाब नू आकड़ तेरी भन के दिलिए, हो मुड़ांगे पंजाब नू आकड़ तेरी भन के दिलिए। हो सांझा संघर्ष मोर्चा अपने हक्कां लई अड़िया, एमपी हरियाणा यूपी पंजाब दे नाल खड़िया, अतवादी वखवादी दे अतवादी वखवादी दे ओए दित्ते ने खिताब तू आकड़ तेरी भन के दिलिए, हो मुड़ांगे पंजाब नू आकड़ तेरी भन के दिलिए, हो मुड़ांगे पंजाब नू आकड़ तेरी भन के दिलिए। एक बारी हुण जकारा गजाइए, वाहेगुरु बिना कुर्बानिया कदे ना आ सकदा, तेरे चेहरे ते सदा जो नूर दाता। बिना कुर्बानिया कदे ना आ सकदा, तेरे चेहरे ते सदा जो नूर दाता, किसे पतन कदे ना ओ लग्या, तेरे सिजक तो जेड़ा भी दूर दाता। सच्चे सतगुरा मेरे ते करी रहमत, होवे कदे ना पौरा गरूर दाता। किसान अंदोलन दे विच अज होवे सुरजीत खान दी हाजरी मंजूर दाता, सुरजीत खान दी हाजरी मंजूर दाता। सो मैं सब तो पहला हुणे हुणे शहीदी जोड़ मेला साडा निकल के गया, उन्होंने महान शहीदां नूं श्रद्धांजलि वल्लों चंद कलैन तुहाडी नज़र करदा, क्योंकि बोलण दा टाइम बहुत घट है, बहुत बुलारे बैठे ने, सो ज़्यादा टाइम मैं लैणा नहीं। सुना शहीदां नूं श्रद्धांजलि वल्लों ध्यान दिओ माड़ा जिहा। भज्जा कर दे पच जलाद पूजा, ते माता गुजरी नूं ਕਹਿਣ ਲੱਗਾ ਜੋੜਾ ਹੰਸਾਂ ਦਾ ਜਿਹੜਾ ਰਹਿ ਗਿਆ ਸੀ, ਮੈਨੂੰ ਲੱਗਦਾ ਅੱਜ ਨਹੀਂ ਰਹਿਣ ਲੱਗਾ। ਬਾਹਰ ਜਾ ਕੇ ਅੰਮੜੀਏ ਵੇਖ ਤਾਂ ਸਹੀ, ਨੀ ਤੇਰੇ ਬੇਟੇ ਦੇ ਬੇਟੇ ਉਹ ਜਾ ਰਹੇ ਨੇ, ਹਾਏ ਰਸਮ ਵਿੱਚ ਲਪੇਟ ਕੇ ਰੱਖਦੀ ਸੈਂ, ਇੱਟਾਂ ਵਿੱਚ ਘੜੀ ਘੜੀ ਗੁਜਰੀ ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ ਤੇ ਫਿਰ ਪੋਤੇ ਦਿੱਤੇ, ਹੁਣ ਮੌਤ ਵੀ ਮੈਨੂੰ ਕਹਿੰਦੀ ਚੱਲ ਗੁਜਰੀ ਗੁਜਰੀ। ਤਾਈਓ ਲੋਕੀ ਮੈਨੂੰ ਆਖਦੇ ਨੇ, ਜਿਹੜੀ ਆਈ ਸਿਰ ਤੇ ਲਈ ਮੈਂ ਚੱਲ ਗੁਜਰੀ। ਹੋ ਜਾਓ ਜਾਓ ਬਣਾਓ ਕੰਧ ਜਾ ਕੇ ਮੇਰੇ ਵੱਲੜੇ ਮੁੱਕਣੇ ਨਹੀਂ, ਹਾਏ ਝੁੱਕ ਜਾਓ ਹਿਮਾਲਿਆ ਦਾ ਸੀਸ
ਸੈ ਪਰ ਕਲਗੀ ਧਰ ਦੇ ਲਾਡਲੇ ਝੁਕਣੇ ਨਹੀਂ ਕਲਗੀ ਧਰ ਦੇ ਲਾਡਲੇ ਝੁਕਣੇ ਨਹੀਂ ਸੋਨਾ ਮਹਾਂ ਸਸਰੀਆਕਾਲ ਸੋ ਮੈਂ ਇੱਕ ਛੋਟੀ ਜਿਹੀ ਹੋਰ ਗੱਲ ਕਰਨਾ ਚਾਹੁੰਦਾ ਬਹੁਤ ਅਸੀਂ ਮੈਂ ਤੇ ਨਛੱਤਰ ਗਿੱਲ ਤੇ ਕੀਤਾ ਜਾ ਲਰਵਾਈ ਹਲੀ ਕੱਲ ਪਰਸੋਂ ਹੀ ਅਸੀਂ ਵਾਪਸ ਆਏ ਵੈਨ ਕੈਨੇਡਾ ਤੋਂ ਸੋ ਉੱਥੇ ਵੀ ਅਸੀਂ ਪ੍ਰੋਟੈਸਟ ਦੇ ਵਿੱਚ ਗਏ ਹਾਂ ਪੂਰੇ ਦੁਨੀਆ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਜਿਹੜਾ ਇਹ ਜਿਹੜੇ ਕਾਲੇ ਤਿੰਨ ਕਾਨੂੰਨ ਪਾਸ ਕੀਤੇ ਗਏ ਨੇ ਮੈਂ ਛੋਟੀ ਜਿਹੀ ਗੱਲਾਂ ਬਹੁਤ ਨੇ ਮੈਂ ਕਰਨ ਨੂੰ ਪਰ ਮੈਂ ਭਗਤ ਸਿੰਘ ਰਾਜਗੁਰੂ ਸੁਖਦੇਵ ਭਗਤ ਸਿੰਘ ਸ਼ਹੀਦ ਊਧਮ ਸਿੰਘ ਹੋਰਾਂ ਨੇ ਜਦੋਂ ਸ਼ਹਾਦਤ ਦਿੱਤੀ ਆਪਣੇ ਇਸ ਦੇਸ਼ ਦੇ ਲਈ ਇੰਡੀਆ ਜਦੋਂ ਆਜ਼ਾਦ ਹੋਇਆ ਸੋ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਉਹ ਉੱਪਰ ਬੈਠੇ ਗੱਲਾਂ ਕਰਦੇ ਨੇ ਸੁਪਨਾ ਲੈਂਦੇ ਨੇ ਇੱਕ ਕਹਿੰਦੇ ਨੇ ਯਾਰ ਚਲੋ ਅਸੀਂ ਸ਼ਹੀਦੀਆਂ ਦਿੱਤੀਆਂ ਨੇ ਸੋ ਸਾਡਾ ਇੰਡੀਆ ਆਜ਼ਾਦ ਹੋ ਗਿਆ ਤੇ ਕਿਸਾਨੀ ਦਾ ਰਾਜ ਹੋਣਾ ਉੱਤੇ ਉੱਥੇ ਕਿਸਾਨੀ ਦਾ ਰਾਜ ਮਜ਼ਦੂਰਾਂ ਦਾ ਰਾਜ ਹੋਣਾ ਸੋ ਜਦੋਂ ਉਹ ਕਹਿੰਦੇ ਚਲੋ ਥੱਲੇ ਜਾ ਕੇ ਦੇਖਦੇ ਹਾਂ ਜਦੋਂ ਥੱਲੇ ਆ ਕੇ ਦੇਖਦੇ ਨੇ ਇੱਥੇ ਦੀ ਸਥਿਤੀ ਵੀ ਇੱਥੇ ਦਾ ਸਿਸਟਮ ਹੀ ਚੇਂਜ ਹੋ ਗਿਆ ਸਾਰਾ ਉਹ ਫਿਰ ਇੱਥੇ ਆ ਕੇ ਭਗਤ ਸਿੰਘ ਇੱਥੇ ਆ ਕੇ ਤੁਹਾਡੇ ਵੱਡੇ ਸਾਰੇ ਇਕੱਠ ਦੇ ਵਿੱਚ ਖੜ ਕੇ ਗੱਲ ਕਰਦਾ ਨਜ਼ਰ ਕਰਦਾ ਤੁਹਾਨੂੰ ਚੰਗਾ ਲੱਗੂਗਾ ਹਿੰਦ ਵਾਸੀਓ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਕੌੜੀਆਂ ਨੇ ਪਰ ਸੱਚੀਆਂ ਨੇ ਤੁਹਾਨੂੰ ਪੈਣੀਆਂ ਜਰਨੀਆਂ ਨੇ ਮੈਂ ਭਾਰਤ ਮਾਂ ਦੀ ਪੱਤ ਦਾ ਪਹਿਰੇਦਾਰ ਬੋਲਦਾ ਹਾਂ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਹਾਂ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਹਾਂ ਹਏ ਕੀ ਮੁੱਲ ਪਾਇਆ ਰਾਜਗੁਰੂ ਸੁਖਦੇਵ ਸਰਾਪਿਆਂ ਦਾ ਟੁਕੜਿਆਂ ਦੇ ਵਿੱਚ ਵੰਡਦਾ ਭਾਰਤ ਗਦਰੀ ਪਾਪਿਆਂ ਮੈਂ ਊਧਮ ਸਿੰਘ ਸੁਨਾਮੀ ਦੀ ਲਲਕਾਰ ਬੋਲਦਾ ਹਾਂ ਮੈਂ ਖਟਕੜ ਕਲਾਂ ਤੇ ਭਗਤ ਸਿੰਘ ਸਰਦਾਰ ਬੋਲਦਾ ਹਾਂ ਓਏ ਮੈਂ ਸੁਣਿਆ ਸੀ ਭਾਰਤ ਹੋ ਮਜ਼ਦੂਰ ਕਿਸਾਨਾਂ ਦਾ ਪਰ ਰਾਜ ਹੈ ਇਸ ਤੇ ਗੁੰਡਿਆਂ ਬਾਬੇ ਸਿਆਸਤਦਾਨਾਂ ਦਾ ਜੋ ਦਿਲ ਤੁਹਾਡੇ ਵਿੱਚ ਰੜ ਕੇ ਬਾਰਡਰ ਦੀ ਤਾਰ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਜੇ ਮੰਤ ਹੁੰਦੇ ਜੇ ਵਾਰਸ ਹੁੰਦੇ ਹਿੰਦ ਦੇ ਚੁੰਮੇ ਜਿਨ੍ਹਾਂ ਰੱਸੇ ਫਾਂਸੀ ਦੇ ਨਾ 65-71 ਜੰਗ ਹੁੰਦੀ ਨਾ ਜ਼ਖਮ 84 ਦੇ ਮੈਂ ਯੁਗੋ ਵਾਲਿਆ ਦਿੱਲੀ ਲਈ ਵੰਗਾਰ ਬੋਲਦਾ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਮੈਂ ਖਟਕੜ ਕਲਾਂ ਤੋਂ ਭਗਤ ਸਿੰਘ ਸਰਦਾਰ ਬੋਲਦਾ ਬੋਲੇ ਸੋਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ।